ਲਓ ਬਾਈ ਜੀ ਆਇਆਂ ਨੂੰ ਆਪਾਂ ਵੇਖ ਰਹੇ ਹਾਂ, ਗੋਰਿਆਂ ਨੂੰ ਦਫਾ ਕਰੋ। ਦੂਜਾ ਪਾਰਟ ਵੇਖਣਾ ਸੀ, ਬੰਦੂਕ 'ਚੋਂ ਗੋਲੀਆਂ ਕਿਹਨੇ, ਮਾਨ ਸਾਹਿਬ ਨੇ ਪਤਾ ਨਹੀਂ ਕੱਢੀਆਂ ਨੇ ਕਿ ਨਹੀਂ ਕੱਢੀਆਂ, ਤੇ ਉੱਥੋਂ ਹੀ ਆਪਾਂ ਵੇਖਣੀ ਹੈ। ਤੇ ਲੋਕਡਾਊਨ ਦਾ ਵੀਡੀਓ ਉਹਦੇ ਤੇ ਕੀਤਾ, ਬੰਦੂਕ ਤੇ ਇੱਥੇ ਡੱਕੀ। ਪੜ ਇਹ ਉਹ ਚਿੱਠੀ ਹੈ ਜਿਹੜੀ ਮੇਰੇ ਵੀਰ ਨੇ ਆਪਣੀ ਹੋਣ ਵਾਲੀ ਭਾਬੀ ਕਾਟ ਨੂੰ ਲਿਖੀ ਹੈ ਤੇ ਮੇਰੇ ਹੱਥ ਲਾ ਗਈ, ਆਪਾਂ ਪੜ ਦਿੰਦੇ ਹਾਂ। ਨਲਕੇ ਤੇ ਖੜੀ ਮੋਢੇ ਤੇ ਪਰਨਾ, ਨਲਕੇ ਤੇ ਖੜੀ ਮੋਢੇ ਤੇ ਪਰਨਾ, ਸਾਰੇ ਕੰਮ ਛੋੜ ਕੇ ਲੈਟਰ ਮੇਰਾ ਪੜਨਾ ਆਇਆ ਹੈ, ਦੇਖ ਲਓ। ਇਹ ਜੱਗ ਚੰਦਰਾ ਸਾਡਾ ਵੈਰੀ ਹੋ ਗਿਆ, ਤੂੰ ਪਿਆਰ ਮੇਰਾ ਸੀ ਤੇ ਤੈਨੂੰ ਮੰਗ ਮੇਰੇ ਵੱਡੇ ਭਾਈ ਨਾਲ ਦਿੱਤਾ। ਅੱਛਾ ਕਾਟੋ, ਕਾਹ ਤੋਂ ਅਸੀਂ ਇਸ ਦੁਨੀਆ ਦੇ ਫੈਸਲੇ ਨੂੰ ਆਖਰੀ ਮੰਨ ਲਿਆ। ਮੈਂ ਤੈਨੂੰ ਆਪਣੇ ਦਿਲ ਦੀ ਬਣਾਉਣਾ ਚਾਹੁੰਦਾ ਸੀ ਚਾਬੀ, ਨਾ ਕਿ ਵੱਡੀ ਭਾਬੀ। ਬੱਲੇ ਕਾਲੇ, ਗੱਲਬਾਤ ਆ ਤੇਰਾ, ਜੋ ਕਿਆ ਲਿਖਦਾ ਬਸ। ਕਾਟੋ ਕਾਹ ਤੋਂ ਮੇਰੇ ਨਾਲ ਪਾਣਾ ਵਰਤਿਆ, ਤੂੰ ਮੇਰੇ ਨਾਮ ਦੀ ਲਾਉਣੀ ਸੀ ਮਹਿੰਦੀ ਤੇ ਮੈਂ ਤੇਰੇ ਨਾਮ ਦਾ ਬਟਣਾ, ਤੇਰੇ ਨਾਂ ਤੇ ਪੈਣੀ ਸੀ ਬੋਲੀਆਂ ਤੇ ਮੈਂ ਸੀ ਨੱਚਣਾ, ਤੇ ਮੈਂ ਸੀ ਨੱਚਣਾ ਸੀ। ਅੱਛਾ ਹੁਣ ਸੀ ਹੋ ਗਿਆ, ਗੱਲ ਸੁਣੋ। ਉਦੋਂ ਮੰਗਣੀ ਵੇਲੇ ਤਾਂ ਬੜਾ ਮੂਹਰੇ ਉਹ ਭੰਗੜੇ ਪਾਉਂਦਾ ਸੀ, ਉਦੋਂ ਨੀ ਸੀ ਪਤਾ ਇਹਦਾ ਵਿਆਹ ਵੀ ਹੋਣਾ। ਉਹਦੇ ਜੀ ਭੁਲੇਖੇ ਜੀ ਪੈ ਪਿਆ ਜੀ। ਅੱਗੇ ਪੜ ਕਾਟੋ ਕਾਟੋ, ਪਰ ਹੁਣ ਵਿਆਹ ਮੇਰੇ ਵੀਰ ਦਾ ਹੋ ਰਿਹਾ ਤੇ ਮੈਂ ਗਾਣਾ ਵੀ ਨੀ ਗਾ ਸਕਦਾ। ਉਹ ਗਾਣਾ, ਉਹ ਵੀਰ ਜੀ ਬਿਆਉਣ ਚੱਲੇ ਆ, ਉਹ ਬੱਲੇ ਉਹ ਬੱਲੇ ਉਹ ਵੀਰ ਜੀ ਜੇਠੇ ਪੜ। ਕਾਟੋ ਕਾਹ ਤੋਂ ਅਸੀਂ ਹਾਰ ਮੰਨ ਲਈ, ਇਹ ਚਿੱਠੀ ਮਿਲਦਿਆਂ ਹੀ ਕੁਛ ਪੈਸੇ ਤੇ ਗਹਿਣੇ ਲੈ ਕੇ ਉੱਚੇ ਪੁਲ ਦੇ ਥੱਲੇ ਮਿਲ, ਨਹੀਂ ਤਾਂ ਮੈਂ 5.5 ਰੁਪਏ ਦੀਆਂ ਸਲਫਾਸ ਦੀਆਂ ਗੋਲੀਆਂ ਖਾ ਕੇ ਚੂਹੇ ਦੀ ਮੌਤ ਮਰ ਜਾਵਾਂਗਾ। ਕਾਟੋ ਤੂੰ ਕਿਸੇ ਦੀ ਕੋਈ ਗੱਲ ਨਹੀਂ ਮੰਨਣੀ, ਜੇ ਤੈਨੂੰ ਕੋਈ ਪੁੱਛੇ ਤੂੰ ਕਾਹ ਤੋਂ ਕਾਲੇ ਨਾਲ ਭੱਜ ਰਹੀ ਹੈ। ਕਾਟੋ ਕਾਹ ਤੋਂ, ਕਾਟੋ ਕਾਹ ਤੋਂ, ਕਾਹ ਤੋਂ ਕਾਟੋ, ਕਾਟੋ ਕਾਹ ਤੋਂ। ਨਹੀਂ ਨਹੀਂ ਬਾਪੂ ਜੀ, ਰੱਬ ਦੀ ਸੌਣ ਲੱਗੇ ਮੈਨੂੰ, ਇਹ ਚਿੱਠੀ ਨਾ, ਇਹ ਚਿੱਠੀ ਕਾਲੇ ਦਾ ਸਫੇਦ ਝੂਠ ਹੈ। ਕਾਟੋ ਡਰ ਗਈ ਬਾਪੂ ਜੀ, ਉਹਦੇ ਨਾਲੋਂ ਜ਼ਿਆਦਾ ਤਾਂ ਮੈਨੂੰ ਤੂੰ ਡਰਿਆ ਲੱਗਦਾ। ਉਹ ਜਿਹਦਾ ਪਿਆਰ ਮੁੱਕਰ ਜੇ ਜੀ, ਉਹ ਤੇ ਫਿਰ ਡਰਿਆ ਲੱਗੂਗਾ ਜੀ। ਕਾਟੋ ਨਹੀਂ ਨਹੀਂ ਬਾਪੂ ਜੀ, ਸੱਚ ਕਹਿੰਦੀ ਆ। ਦੇਖੋ ਉਹਦੇ ਪ੍ਰਤਾਪ ਸਿੰਘ ਹੋਰਾਂ ਦੀ ਇੱਕ ਸਲਾਹ ਹੈ ਵੀ ਕੱਕਾ ਕਾਲਾ ਕੱਕਾ ਕਾਟੋ, ਇਹਨਾਂ ਦੀ ਰਾਸ਼ੀ ਵੀ ਇੱਕੋ ਹੀ ਹੈ ਤੇ ਜਾਣੀ ਤਾਂ ਕੁੜੀ ਉਸੇ ਖਾਨਦਾਨ ਚ ਹੈ, ਰੂਪ ਨਾਲ ਨਾ ਸਹੀ ਕਾਲੇ ਨਾਲ ਤੋਰ ਦੋ। ਬਿਲਕੁਲ ਸਹੀ ਗੱਲ ਆ। ਕੀ ਸਹੀ ਗੱਲ ਆ ਓਏ, ਬੰਦ ਕਿਸੇ ਦੇ ਹੋਰ, ਪੱਠੇ ਕਿਤੇ ਹੋਰ, ਮੈਂ ਇਹ ਰਿਸ਼ਤਾ ਰੂਪ ਨਾਲ ਕਰਾਇਆ। ਹਾਂ ਜੇ ਰੂਪ ਨਾਲ ਵਿਆਹ ਨਹੀਂ ਹੁੰਦਾ ਮੇਰਾ ਤਾਂ ਨੱਕ ਵੱਢਿਆ ਗਿਆ ਨਾ। ਗੱਲ ਤਾਂ ਇਹਨਾਂ ਦੀ ਵੀ ਠੀਕ ਹੈ। ਓਏ ਇੱਕ ਮਿੰਟ, ਇੱਕ ਮਿੰਟ ਫੋਫੜਾ, ਗੱਲ ਸੁਣ ਮੇਰੀ, ਆ ਮੇਰਾ ਸਾਲਾ, ਹੈਗਾ ਤੂੰ ਸਾਲਾ ਹੀ ਹੈ, ਜੇ ਕੱਲ ਕੱਲ ਨੂੰ ਸਲਫਾਸ ਦੀਆਂ ਗੋਲੀਆਂ ਖਾ ਕੇ ਨਾ ਮਰਿਆ, ਕੁੜੀ ਤੋਰਤੀ ਰੂਪ ਦੇ ਨਾਲ, ਤਾਂ ਇੱਕ ਦੂਜੇ ਦੇ ਮੂੰਹ ਲੱਗਦੇ, ਵਿਹੜੇ ਚ ਐਂ ਟਕਰਾਉਂਦੇ ਚੰਗੇ ਲੱਗਣਗੇ, ਪਿਛਲੀ ਗੱਲ ਸਮਝੀਦੀ ਹੁੰਦੀ ਹੈ, ਸਿਆਣੇ ਹੋ। ਸਹੀ ਗੱਲ ਹੈ, ਤੁਸੀਂ ਕੁਝ ਕਹੋ ਸਰਦਾਰ ਸਾਹਿਬ। ਉਹ ਮੈਂ ਕੀ ਕਹਾਂ ਭਾਈ, ਇੱਥੇ ਕੋਈ ਸਰਦਾਰ ਮੰਨੇ ਤਾਂ ਨਾ। ਬਾਪੂ ਜੀ ਆਪਾਂ ਐਂ ਕਰਦੇ ਹਾਂ, ਰਾਏ ਕਰ ਲੈਂਦੇ ਹਾਂ ਬਹਿ ਕੇ, ਖਾਨਦਾਨ ਤਾਂ ਇੱਕੋ ਹੀ ਹੈ ਨਾ। ਓਏ ਅਸੀਂ ਕੁੜੀ ਖਾਨਦਾਨ ਨਾਲ ਨਹੀਂ ਵਿਆਹਣੀ, ਉਹ ਕਿੱਥੇ ਕੈਨੇਡਾ ਤੋਂ ਪੜ੍ਹ ਕੇ ਆਇਆ ਇੰਨਾ ਸੋਹਣਾ ਮੁੰਡਾ, ਕਿੱਥੇ ਕਿੱਥੇ 10ਵੀਂ ਫੇਲ।
ਕੌਣ ਕਹਿੰਦਾ ਇਹ 10ਵੀਂ ਚੋਂ ਫੇਲ ਹੈ? 8ਵੀਂ ਤੋਂ ਸਾਨੂੰ ਸਕੂਲ ਚੋਂ ਇਕੱਠਿਆਂ ਨੂੰ ਕੱਢਿਆ ਸੀ। ਓਏ ਨਾਲੇ ਇਹਨਾਂ ਦੀ ਕੁੜੀ ਨੇ ਕਿਹੜੀ ਪੀਐਚਡੀ ਕੀਤੀ ਹੈ ਜੀ? ਮੈਂ ਤਾਂ ਫਿਰ ਅੰਗਰੇਜ਼ੀ ਆਣਦਾ। ਓ ਇਹਨਾਂ ਗੱਲਾਂ ਦਾ ਸਾਰੇ ਇੱਕੋ ਜਿਹੇ ਨੇ, ਖਾਨਦਾਨ ਦੇਖੋ। ਓ ਕਿਹੜਾ ਖਾਨਦਾਨ? ਘਰੇ ਲੈ ਜਾਓ ਆਪਣੇ ਖਾਨਦਾਨ ਨੂੰ। ਓ ਬਾਪੂ ਜੀ ਸਾਡੇ ਖਾਨਦਾਨ ਬਾਰੇ ਗੱਲ? ਓ ਜਾਓ ਖਾਨਦਾਨ ਤੋਂ ਪਿਆਰ ਕੁਰਬਾਨ, ਮੈਂ ਨਾ ਕਰਦਾ ਇਹੋ ਜਿਹੇ ਰਿਸ਼ਤੇ ਨੂੰ। ਤੂੰ ਚੁੱਪ ਕਰੋ ਕਾਲੇ, ਚੁੱਪ। ਓ ਘਰੇ ਲੈ ਜਾਓ ਉਹਨੂੰ। ਅਸੀਂ ਆਪਣੀ ਕੁੜੀ ਨੂੰ ਕਿਸੇ ਕੈਨੇਡਾ ਤੋਂ ਆਏ ਮੁੰਡੇ ਨਾਲ ਵਿਆਹਾਂਗੇ, ਤੁਹਾਡੇ ਅਨਪੜ ਡੰਗਰ ਨਾਲ ਨਹੀਂ। ਓ ਜਾਓ ਫਿਰ, ਮੈਂ ਵੀ ਇਹ ਜਵਾਨ ਕਰਦਾ ਜਿੱਥੇ ਅਸੀਂ ਆਪਣੇ ਭਰਾ ਦਾ ਵਿਆਹ ਕਿਸੇ ਗੋਰੀ ਨਾਲ ਕਰਾਂਗੇ। ਓ ਯੈਸ, ਹਾਂ ਹਾਂ, ਚੁੱਪ। ਹੁਣ ਤਾਂ ਮੂੰਹੋਂ ਨਿਕਲ ਗਿਆ ਜੀ। ਓਏ ਕਾਲਿਆ, ਮੂੰਹ ਕੱਢਿਆ ਕਾਲਾ। ਉਹ ਤੁਸੀਂ ਦੁਖੀ ਨਾ ਹੋ ਬਾਪੂ ਜੀ, ਕੀ ਹੋਇਆ ਇਸ ਮੌਕੇ ਤੇ ਸਾਰੇ ਰਿਸ਼ਤੇਦਾਰ ਆਪਣਾ ਸਾਥ ਛੱਡ ਗਿਆ ਤੇ ਮੈਂ ਹੈਗਾ ਨਾ ਕਾਲਾ ਤੁਹਾਡਾ ਪੋਤਾ, ਮੈਂ ਗੋਰੀ ਲੱਭੂੰਗਾ ਰੂਪ ਦੇ ਵਿਆਹ ਲਈ। ਤੇਰਾ ਦਿਮਾਗ ਠੀਕ ਹੈ? ਉਹ ਕਿਹੜੀ ਗੋਰੀ? ਇਸ ਉਮਰੇ ਮੇਰੇ ਸਿਰ 'ਚ ਮਿੱਟੀ ਪਾਉਣੀ ਹੈ ਤੂੰ? ਹੈਂ, ਉਹ ਤੁਸੀਂ ਇਸ ਗੱਲ ਤੋਂ ਨਹੀਂ ਦੁਖੀ ਜੀ ਕਿ ਮੇਰਾ ਪੋਤਾ ਚਾਰ ਬੰਦਿਆਂ ਜ਼ਬਾਨ ਕਰਾਇਆ ਪੂਰੀ ਕਿਵੇਂ ਹੋਊਗੀ? ਉਹ ਕਿਹੜੀ ਤੇਰੀ ਜ਼ਬਾਨ ਆ ਭੁੱਟਿਆ ਰਾਜਪੂਤਾ, ਤੂੰ ਜ਼ਬਾਨ ਦਾ ਬੱਚਾ ਨਾ ਹੋਵੇ ਤਾਂ। ਆ ਰਾਜਪੂਤ ਵਾਲੀ ਗੱਲ ਬੜੀ ਪਸੰਦ ਨਹੀਂ ਜੀ ਆਈ ਮੈਨੂੰ, ਨਾਲੇ ਕਿਹੜਾ ਇੰਨੀ ਦੇਰ ਦੁਸ਼ਮਣੀ ਚੱਕੀ ਫਿਰੇ ਜੀ। ਆ ਤੁਸੀਂ ਮੈਨੂੰ ਹੁਣੇ ਇੰਨਾ ਜਲੀਲ ਕੀਤਾ, ਮੈਂ ਵੀ ਭੁੱਲ ਹੀ ਗਿਆ। ਆ ਦੇਖ ਸਾਹਮਣੇ, ਉਹ ਬੱਚੇ ਆਪਸ ਕਿਉਂ ਲੜਦੇ ਦੱਸ? ਐਵੇਂ ਪਾਗਲ ਜਿਹੇ ਲੜਦੇ ਰਹਿੰਦੇ ਜੀ। ਨਹੀਂ ਨਹੀਂ, ਇਹਨਾਂ ਦੇ ਪੜਦਾਦਿਆਂ 'ਚ ਆਪਸ ਦੁਸ਼ਮਣੀ ਸੀ, ਫਿਰ ਇਹਨਾਂ ਦੇ ਦਾਦਿਆਂ 'ਚ ਆਈ, ਫਿਰ ਇਹਨਾਂ ਦੇ ਪਿਓ ਨੇ ਸੰਭਾਲੀ, ਹੁਣ ਇਹ ਸੰਭਾਲ ਰਹੇ ਨੇ। ਆ ਕੋਨੇ ਓਰੇ। ਹਾਂਜੀ ਬਾਪੂ ਜੀ। ਤੁਸੀਂ ਆਪਸ ਕਿਉਂ ਲੜਦੇ ਸੀ? ਬਾਪੂ ਜੀ ਜਦੋਂ ਮੈਂ ਇਹਨੂੰ ਦੇਖਦਾ ਹਾਂ ਨਾ, ਮੇਰਾ ਖੂਨ ਖੋਲਣ ਲੱਗ ਜਾਂਦਾ ਹੈ। ਦੇਖਿਆ, ਇਹਨਾਂ ਨੂੰ ਪਤਾ ਵੀ ਨਹੀਂ ਇਹਨਾਂ ਦੀ ਆਪਸ 'ਚ ਕੀ ਦੁਸ਼ਮਣੀ ਹੈ, ਪਰ ਫਿਰ ਵੀ ਖੂਨ ਖੋਲਦਾ, ਕਿਉਂਕਿ ਦੁਸ਼ਮਣੀ ਖੂਨ 'ਚ ਹੁੰਦੀ ਹੈ, ਬੇਗੈਰਤਾ। ਬੜਾ ਤੇਰਾ ਖੂਨ ਖੋਲਦਾ, ਵੱਡਿਆ ਬੈਲੀਆ ਨੱਕ ਪੂੰਝਿਆ ਨਹੀਂ ਜਾਂਦਾ ਹੈ। ਉਹ ਨਾ ਕਾਲੇ ਯਾਰ, ਕਾਲਾ ਕੀ ਹੁੰਦਾ? ਕਾਲਾ ਕੀ ਹੁੰਦਾ? ਚਾਚਾ ਮਾਫ ਕਰ ਦੇ ਯਾਰ, ਚੱਲ ਦਫਾ ਜਾ। ਹੁਣ ਕਾਲਾ ਕਿਹਾ ਤੇ ਹਾਲ ਵੇਖੋ ਕੀ ਕਰਦਾ ਤੁਹਾਡਾ। ਕਾਲਾ 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 ਨਿਆਣੇ ਵੀ ਕਰਦੇ ਨੇ ਬਸ, ਮੇਰੀ ਫਿਰ ਚ ਕਿਤੇ ਵੀ ਇੱਜ਼ਤ ਨਹੀਂ। ਵਿਆਹ ਵਾਲੇ ਦਿਨ ਮਿੱਤਰਾ ਮੈਂ ਤੈਨੂੰ ਮਿਲੂ, ਪਹਿਰ ਦੇ ਤੜਕੇ ਵੇ ਬੰਠਣ ਕੇ ਵੇ। ਯਾਰ ਬਸ ਕਰ, ਬਹੁਤ ਹੋ ਗਿਆ। ਉਹ ਵੇਖ ਬਾਈ, ਤੇਰੇ ਕੋ ਨਾ ਹੁਣ ਤਿੰਨ ਹੀ ਤਰੀਕੇ ਵੱਜਦੇ ਆ। ਪਹਿਲਾ ਇਹ ਕਿ ਗੋਰੀ ਭਾਬੀ ਨੂੰ ਭੁੱਲ ਜਾ, ਤੇ ਦੂਜਾ ਇਹ ਕਿ ਗੋਰੀ ਭਾਬੀ ਨੂੰ ਭੁੱਲ ਜਾ, ਤੇ ਤੀਜਾ। ਯਾਰ ਨਹੀਂ ਭੁੱਲ ਸਕਦਾ, ਪਿਆਰ ਕਰਦਾ ਉਹਨੂੰ। ਦੇਖ ਮੇਰੀ ਹੁਣ ਜ਼ਿੰਦਗੀ ਦੀ ਡੋਰ ਭਰਾ ਤੇਰੇ ਹੱਥ 'ਚ ਆ। ਉਹ ਮੇਰੇ ਹੱਥ ਖਾਲੀ ਆ ਭਰਾਵਾ, ਕੋਈ ਡੋਰ ਨਹੀਂ ਆ। ਭੁੱਲ ਗਿਆ ਨਾ ਜਦ ਤੂੰ 1.5 ਸਾਲ ਦਾ ਸੀ? ਕੋਈ ਕਿਤੇ ਤੂੰ ਗੱਲਾਂ ਉਦੋਂ ਦੀਆਂ ਕਰਦਾ ਜਦੋਂ ਮੈਂ ਹਲੇ ਤਾਜ਼ਾ। ਸੁਣ ਤਾਂ ਲਿਆ ਕਰ, ਚਾਚਾ ਵਿਸ਼ਨਾ ਨਾ ਟਰਾਲੀ ਬੈਗ ਕਰਦਾ ਸੀ, ਜੇ ਮੈਂ ਨਾ ਤੈਨੂੰ ਬਚਾਉਂਦਾ ਅੱਜ ਤੂੰ ਇੱਥੇ ਨਹੀਂ ਸੀ ਹੋਣਾ। ਅੱਛਾ, ਤੂੰ ਵੱਡਾ ਸ਼ਕਤੀਮਾਨ, ਪਤਾ ਨਹੀਂ ਸੱਚ ਬੋਲਦਾ ਝੂਠ ਬੋਲਦਾ, ਮੈਨੂੰ ਜਜ਼ਬਾਤੀ ਜਿਹਾ ਕਰ ਲੈਂਦਾ ਹਮੇਸ਼ਾ। ਯਾਰ ਮੈਂ ਕੀ ਕਰਾਂ,
ਉਹ ਬਾਪੂ ਨੂੰ ਗੋਰਿਆਂ ਦੀ ਕੁੜੀ ਨਹੀਂ ਚਾਹੀਦੀ, ਗੋਰਿਆਂ ਤੋਂ ਬਦਲਾ ਚਾਹੀਦਾ, ਦਵਾ ਸਕਦਾ? ਬਦਲਾ ਉਹ ਨਾਜਰ ਸਿਆਂ, ਜੋ ਵੀ ਹੋਇਆ ਕੱਲ ਮਾੜਾ ਹੋਇਆ, ਸਾਰੇ ਇਲਾਕੇ ਦੇ ਵਿੱਚ ਥੂ ਥੂ ਹੋ ਗਈ। ਨਾਜਰ ਸਿੰਘ ਦੇ ਪੋਤੇ ਨੂੰ ਆਖਰ ਕੁੜੀ ਜਵਾਬ ਦੇਗੀ? ਹੱਦ ਹੋ ਗਈ ਯਾਰ। ਤਾਇਆ, ਤਾਈ ਕਹਿੰਦੀ ਸੀ ਤਾਏ ਆਪਣੇ ਨੂੰ ਕਈ ਲੋਕਾਂ ਨੂੰ ਬਾਹਰ ਬਹੁਤੀਆਂ ਸਲਾਹਾਂ ਨਾ ਦਿਆ ਕਰੇ, ਆਪਣਾ ਘਰ ਵੇਖੇ। ਘਰੇ ਮੱਝ ਦੁੱਧ ਨੂੰ ਜਵਾਬ ਦੇਗੀ ਤੇ ਕੁੜੀ ਪੜ੍ਹਨ ਨੂੰ, ਕਹਿੰਦੀ ਜੇ ਛੇਤੀ ਨਾ ਆਇਆ ਤੇ ਲੱਤਾਂ ਭਾਂਦੂ ਕਹਿੰਦੀ। ਉਹ ਚੰਗਾ, ਚੱਲਦੇ ਆ ਕਾਲੇ, ਉਹ ਦੇਖ ਲਾਂਗੇ। ਆਹੋ ਚਲੋ ਵੀ, ਚਲੋ ਚੱਲ ਵੀ ਫੁੰਮਣ ਸਿਆ। ਪਾਪੂ ਜੀ, ਮੈਂ ਤਾਂ ਜਾ ਕੇ ਮੱਝਾਂ ਨੂੰ ਪਾਣੀ ਵੀ ਪਿਆਉਣਾ। ਪਾਪੂ ਜੀ, ਤੁਸੀਂ ਠੀਕ ਸੀ ਤੇ ਮੈਂ ਗਲਤ। ਮੈਂ ਰਾਤੀ ਪਿਆ ਪਿਆ ਉਹ ਸੋਚਦਾ ਰਿਹਾ ਕਿ ਜੇ ਛੋਟੇ ਛੋਟੇ ਬੱਚਿਆਂ ਦਾ ਖੂਨ ਖੋਲ ਸਕਦਾ ਤੇ ਮੈਂ ਕਿਹੜਾ ਬਰਫ਼ ਖਾ ਕੇ ਜੰਮਿਆ, ਮੇਰਾ ਵੀ ਖੋਲ ਹੀ ਸਕਦਾ। ਹੁਣ ਮੈਂ ਸੋਚ ਲਿਆ ਬਾਪੂ ਜੀ, ਗੋਰਿਆਂ ਤੋਂ ਬਦਲਾ ਲੈ ਕੇ ਰਹਿਣਾ। ਜੇ ਗੋਰੇ ਇੱਕ ਵਾਰ ਮੇਰੇ ਸਾਹਮਣੇ ਆ ਜਾਣਾ ਤੇ ਮੈਂ ਮਾਰ ਮਾਰ ਡਾਂਗਾ, ਚਿੱਬ ਪਾ ਦਾ ਸਾਰਿਆਂ ਦੇ। ਕਿਉਂ ਬਾਪੂ ਜੀ? ਪਰ ਗੱਲ ਇਹ ਆ ਜੀ ਕਿ ਗੋਰੇ ਸਾਹਮਣੇ ਆਉਣਗੇ ਕਿਵੇਂ, ਇਹਦਾ ਵੀ ਹੱਲ ਕੱਢ ਲਿਆ, ਜਿਹਦੇ ਨਾਲ ਤੁਹਾਡਾ ਬਦਲਾ ਵੀ ਪੂਰਾ ਹੋਜੂ ਤੇ ਮੇਰੀ ਜ਼ੁਬਾਨ ਵੀ ਰਹਿ ਜੂ। ਮਾਰਿਓ ਨਾ ਜੀ, ਪੂਰੀ ਗੱਲ ਸੁਣ ਲਓ ਇੱਕ ਵਾਰ। ਮੰਨ ਲਓ ਮੂਲ ਧਨ 100। ਕੀ ਬਕਵਾਸ ਕਰ ਰਿਹਾ ਤੂੰ? ਜੇ ਇਹ ਔਖਾ ਲੱਗਦਾ ਤੇ ਇਹ ਮੰਨ ਲਓ ਜੀ ਕਿ ਆਪਾਂ ਆਪਣੇ ਰੂਪ ਦਾ ਵਿਆਹ ਨਾ ਗੋਰਿਆਂ ਦੀ ਕੁੜੀ ਦੇ ਨਾਲ ਕਰ ਦਈਏ, ਉਹ ਰਿਸ਼ਤਾ ਲੱਭ ਲਿਆ, ਕੁੜੀ ਭਾਵੇਂ ਹੈਗੀ ਆ ਕੈਨੇਡਾ ਦੀ, ਪਿੱਛੋਂ ਹੈਗੀ ਆ ਲੰਡਨ ਦੇ ਕਿਸੇ ਗੋਰੇ ਦੀ, ਉਹਨੂੰ ਲਿਆਈਏ ਵਿਆਹ ਕੇ, ਸਾਰੇ ਕਾਮਿਆਂ ਨੂੰ ਦੇ ਦਈਏ ਛੁੱਟੀਆਂ। ਉਹ ਮੇਰਾ ਬਾਪੂ ਮਾਰ ਮਾਰ ਹੁਕਮ ਕਰਾਵੇ ਗੁਲਾਮਾਂ ਵਾਂਗੂ ਕੰਮ, ਜਦੋਂ ਪਕਾਉਣੀਆਂ ਪਈਆਂ ਨਾ ਕੱਲੇ ਕੱਲੇ ਜੀਲੀ ਤੇਰਾ ਤੇਰਾ ਰੋਟੀਆਂ। ਆਹੋ ਆਹੋ ਆਹੋ, ਥੋਥੋ ਰੋਟੀ ਖਵਾਈ ਨਹੀਂ ਜਾਂਦੀ, ਗੋਰੀ ਆ ਕੇ ਮੈਂ ਰੋਟੀ ਖਵਾਊਗੀ? ਇਹ ਨਾ ਸਮਝੀ ਮੇਰੀ ਡਾਂਗ ਦੂਰ ਪਈ ਹੈ, ਮਾਰ ਮਾਰ ਤੇਰੀ ਮੈਂ ਢੂਈ ਭੰਨ ਦੂੰਗਾ, ਜਾ ਭੱਜ ਇੱਥੋਂ। ਉਹ ਸੋਚ ਲਓ ਜੀ, ਹੋਰ ਕੋਈ ਤਰੀਕਾ ਨਹੀਂ, ਆਪਣੇ ਕੋ ਗੋਰਿਆਂ ਦੇ ਪਿੰਡ ਨਹੀਂ ਜਾਇਆ ਜਾਣਾ। ਉਹ ਤੂੰ ਜਾਣਾ ਕਿ ਨਹੀਂ ਇੱਥੋਂ? ਗੋਰਿਆਂ ਦੇ ਪਿੰਡ ਜਾਇਆ ਨਹੀਂ ਜਾਣਾ। ਗੋਰਿਆਂ ਦੇ ਪਿੰਡ ਜਾਇਆ ਨਹੀਂ ਜਾਣਾ। ਬਾਪੂ ਜੀ, ਤੁਸੀਂ ਕਿਤੇ ਉਹ ਤੇ ਨਹੀਂ ਸੋਚ ਰਹੇ ਜੋ ਮੈਂ ਚਾਹੁੰਦਾ ਤੁਸੀਂ ਸੋਚੋ? ਉਹ ਸੋਚਣ 'ਚ ਹਰਜ ਵੀ ਕੀ ਆ, ਜੇ ਨਾ ਚੰਗਾ ਲੱਗਾ ਬਾਅਦ 'ਚ ਕੁਛ ਹੋਰ ਸੋਚ ਲਾਂਗੇ। ਦੇਖੋ, ਸ਼ੁਰੂ ਤੋਂ ਇਹੋ ਸੋਚਦੇ ਨਾ ਕਿ ਗੋਰਿਆਂ ਤੋਂ ਬਦਲਾ ਕਿਵੇਂ ਲੈਣਾ, ਅੱਜ ਵੀ ਇਹੋ ਸੋਚਣਾ, ਬਸ ਤਰੀਕਾ ਬਦਲਣਾ। ਰਿਸ਼ਤਾ ਵਹੀ ਸੋਚ ਨਹੀਂ, ਧਿਆਨ ਨਾਲ ਸੋਚੋ। ਉਹ ਮੇਰਾ ਬਾਪੂ ਬੈਠਾ ਹੋਵੇ ਵਾਣ ਵਾਲੇ ਮੰਜੇ 'ਤੇ ਅਤੇ ਗੋਰਿਆਂ ਦੀ ਕੁੜੀ ਲੰਬਾ ਸਾਰਾ ਘੁੰਡ ਕੱਢ ਕੇ ਰੋਟੀ ਲੈ ਕੇ ਆਵੇ। ਉਹ ਵੇਖੋ ਬਾਪੂ ਜੀ, ਗੋਰੀ ਆ ਰਹੀ ਹੈ। ਉਹ ਫਤਿਆ ਪਾਸੇ ਉਹ ਗੋਰੀ ਆਉਂਦੇ। ਉਹ ਵੇਖੋ ਬਾਪੂ ਜੀ, ਗੋਰੀ ਆ ਰਹੀ ਆ। ਉਹਨੇ ਲੰਬਾ ਸਾਰਾ ਘੁੰਡ ਕੱਢਿਆ, ਇੱਕ ਹੱਥ 'ਚ ਰੋਟੀਆਂ ਵਾਲੇ ਥਾਲ, ਦੂਜੇ ਹੱਥ 'ਚ ਪੱਖੀ। ਉਹ ਬਾਪੂ ਨਹੀਂ ਬਹਿਣ ਦੇਣੀ ਨੱਕ 'ਤੇ ਮੱਖੀ, ਔਰ ਰੋਟੀ ਲੈ ਕੇ ਆ ਰਹੀ ਆ ਗੋਰੀ ਚੱਟੀ। ਤੁਸੀਂ ਦੇਖਿਆ ਰੋਟੀ ਠੰਡੀ ਹੈ। ਉਹ ਚੜ ਗਿਆ ਤਾਂ ਮੇਰੇ ਬਾਪੂ ਨੂੰ, ਉਹ ਅੱਖਾਂ ਦੇ ਡੋਰੇ ਲਾਲ। ਉਹ ਮਾਰੀ ਥਾਲੀ ਵਗਾ ਕੇ ਮੇਰੇ ਬਾਪੂ ਨੇ, ਉਹ ਉੱਚੇ ਪੁਲਾਂ 'ਤੇ ਲੜਾਈਆਂ ਹੋਈਆਂ, ਭਿੰਡੀਆਂ ਖਿਲਾਰਤੀਆਂ। ਉਹ ਗੋਰੀ ਭਿੰਡੀਆਂ ਇਕੱਠੀਆਂ ਕਰਦੀ ਫਿਰਦੀ ਬਾਪੂ ਜੀ। ਦੇਖਿਆ, ਲਿਆਉਣੀ ਪਈ ਨਾ ਗਰਮ ਗਰਮ ਰੋਟੀ। ਤੁਸੀਂ ਥਾਲੀ ਵੱਲ ਵੇਖਿਆ,
ਤੇ ਹਲਕਾ ਹਲਕਾ ਨਿੰਮਾ ਨਿੰਮਾ ਮੁਸਕਰਾਏ। ਆਹ ਉਹ ਦੇਖੋ ਬਾਪੂ ਜੀ, ਗੋਰੀ ਆਪਣਾ ਗੋਹਾ ਕੂੜਾ ਕਰਦੀ ਫਿਰਦੀ ਹੈ। ਇੱਕ ਗੋਹਾ ਚੱਕਿਆ, ਦੂਜਾ ਤਿਆਰ। ਉਹ ਬਾਪੂ ਜੀ, ਆਪਾਂ ਦੇ ਆਪਾਂ ਉਹ ਆਪਣੇ ਪਸ਼ੂ ਹੀ ਬਦਲਾ ਲੈਣਗੇ ਜੀ। ਅੱਡੀ ਨਹੀਂ ਲੱਗਣ ਦੇਣੀ ਬਾਪੂ ਜੀ ਪੁੰਜੇ। ਉਹ ਜ਼ਿਮੀਂਦਾਰਾਂ ਦੇ ਕੰਮ ਕਿਤੇ ਥੋੜਾ ਹੁੰਦਾ, ਉਹ ਜਦੋਂ ਪੌਣੇ ਪੈ। ਕੀ ਲੱਗਦਾ ਤੁਹਾਨੂੰ? ਸਾਨੂੰ ਲੱਗਦਾ ਕਿ ਆਪਾਂ ਪ੍ਰੈਸ ਕਨਵਿੰਸ ਹੋ ਰਿਹਾ ਹੈ। ਹੋ ਰਿਹਾ, ਕਨਵਿੰਸ ਹੋ ਰਿਹਾ ਤੇ ਮੰਨ ਜਾਏਗਾ, ਕਹੇਗਾ ਜੋਬ ਲੈ ਕੇ ਆਓ। ਉਹਨੇ ਕਿਹੜਾ ਆ ਕੇ ਤਿੰਨੇ ਕੰਮ ਕਰਨੇ ਨੇ, ਆਏਗੀ ਨਹੀਂ? ਲੇਕਿਨ ਬਾਪੂ ਦਾ ਜ਼ਿਹਨ ਤੇ ਬਣਾ ਰਿਹਾ ਹੈ ਨਾ, ਬਾਪੂ ਦਾ ਜ਼ਿਹਨ ਬਣ ਗਿਆ, ਬਾਪੂ ਨੇ ਤਾਂ ਬਦਲਾ ਲੈਣਾ। ਉਹਨੇ ਕਿਹਾ ਹਾਂ ਇਹ ਜਿਹੜਾ ਲਿਆ ਜਾ ਸਕਦਾ। ਚਲੋ ਵਿੱਕੀ, ਫਿਰ ਅਗਲਾ ਪਾਰਟ ਲਓ। ਅਗਲਾ ਪਾਰਟ ਇੱਥੇ ਸ਼ੁਰੂ ਕਰਨੇ ਆ।